ਵੀਡੀਓ 'ਚ ਮੈਂ ਤੁਹਾਨੂੰ ਦੱਸੂਗਾ ਕਿ ਤੁਸੀਂ ਆਪਦੀ ਜਿਹੜੀ ਆਈਡੀ ਇਮੇਜ ਆ ਉਹ ਕਿਸ ਤਰ੍ਹਾਂ ਲੋਡ ਕਰ ਸਕਦੇ ਹੋ ਅਤੇ ਕਿਸ ਤਰ੍ਹਾਂ ਤੁਸੀਂ ਆਪਦਾ ਜਿਹੜਾ ਤੁਹਾਡਾ ਆਪਦਾ ਪਰਸਨਲ ਤੁਹਾਡਾ ਪੋਰਟਫੋਲੀਓ ਤੁਹਾਡੀ ਪ੍ਰੋਫਾਈਲ ਹੈ ਉਸਨੂੰ ਤੁਸੀਂ ਕਿਸ ਤਰ੍ਹਾਂ ਅਪਡੇਟ ਕਰ ਸਕਦੇ ਹੋ ਇਹ ਸਾਰੀ ਇੱਥੇ ਟੌਪ ਦੇ ਉੱਪਰ ਬਿਲਕੁਲ ਤੁਹਾਡੇ ਕੋਲ ਇੱਥੇ ਇਹ ਬਟਨ ਹੈ ਯੂਜ਼ਰ ਕੰਟਰੋਲ ਪੈਨਲ ਇਹ ਤੁਹਾਡਾ ਬੇਸਿਕਲੀ ਇਟਸ ਯੂਅਰ ਪ੍ਰੋਫਾਈਲ ਐਕਚੁਅਲੀ ਇੱਥੇ ਤੁਸੀਂ ਇਹਨੂੰ ਕਲਿੱਕ ਕਰੋਗੇ ਤਾਂ ਇਹ ਤੁਹਾਨੂੰ ਤੁਹਾਡੀ ਪ੍ਰੋਫਾਈਲ 'ਤੇ ਲੈ ਜਾਏਗਾ ਇਹ ਤੁਹਾਡੀ ਪ੍ਰੋਫਾਈਲ ਹੈ ਇਹ ਦੇਖੋ ਇੱਥੇ ਤੁਹਾਡੇ ਕੋਲ ਆਪਸ਼ਨ ਹੈ ਓਵਰਵਿਊ ਪ੍ਰੋਫਾਈਲ ਬੋਰਡ ਪ੍ਰੈਫਰੈਂਸਿਸ ਪ੍ਰਾਈਵੇਟ ਮੈਸੇਜਸ ਤੁਸੀਂ ਦੂਸਰੇ ਮੈਂਬਰਸ ਨੂੰ ਪ੍ਰਾਈਵੇਟ ਮੈਸੇਜ ਭੇਜ ਸਕਦੇ ਹੋ ਜਿਹੜੇ ਹੋਰ ਕੋਈ ਦੇਖ ਨਹੀਂ ਸਕੇਗਾ ਯੂਜ਼ਰ ਗਰੁੱਪ ਐਂਡ ਫਰੈਂਡਸ ਐਂਡ ਫੋਰਸ ਪ੍ਰੋਫਾਈਲ ਵਿੱਚ ਜਾ ਕੇ ਤੁਸੀਂ ਆਪਦੀ ਪ੍ਰੋਫਾਈਲ ਅਪਡੇਟ ਕਰ ਸਕਦੇ ਹੋ ਆਪਦੇ ਕਸਟਮ ਫੀਲਡ ਤੁਸੀਂ ਫਿਲ ਕਰ ਸਕਦੇ ਹੋ ਤੁਹਾਡਾ AOL ਤੇ ਮੈਸੇਜ ਮੈਸੇਂਜਰ ਤੁਹਾਡਾ ਐਡਰੈਸ ਕੀ ਹੈ ਮੈਸੇਜ ਤੁਹਾਡਾ ਐਡਰੈਸ ਕੀ ਹੈ ਯਾਹੂ ਤੇ ਕੀ ਹੈ ਜਾਂ ਅਗਰ ਵੈਬਸਾਈਟ ਤੁਹਾਡਾ URL ਹੈ ਕੋਈ ਲੋਕੇਸ਼ਨ ਕਿੱਥੋਂ ਦੇ ਹੋ ਕਰਦੇ ਕੀ ਹੋ ਇੰਟਰਸਟ ਤੁਹਾਡੇ ਕੀ ਨੇ ਐਂਡ ਡੇਟ ਆਫ ਬਰਥ ਕੀ ਹੈ ਜੇ ਡੇਟ ਆਫ ਬਰਥ ਫਿਲ ਕਰਦੇ ਹੋ ਤਾਂ ਤੁਹਾਡਾ ਐਕਚੁਅਲੀ ਬਰਥਡੇ ਦੇ ਬਾਰੇ ਸਾਨੂੰ ਨੋਟੀਫਿਕੇਸ਼ਨ ਮਿਲਦੀ ਹੈ ਕਿ ਇਸ ਮੈਂਬਰ ਦਾ ਬਰਥਡੇ ਹੈ ਆਪਣੀ ਲੈਫਟ ਸਾਈਡ ਤੇ ਤੁਹਾਡੇ ਕੋਲੇ ਚਾਰ ਆਪਸ਼ਨਾਂ ਨੇ ਐਡਿਟ ਪ੍ਰੋਫਾਈਲ ਐਡਿਟ ਸਿਗਨੇਚਰ ਐਡਿਟ ਅਵਤਾਰ ਐਡਿਟ ਅਕਾਊਂਟ ਸੈਟਿੰਗਸ ਸਿਗਨੇਚਰ ਉਹ ਲਾਈਨਾਂ ਹੁੰਦੀਆਂ ਨੇ ਉਹ ਜਾਂ ਕੋਈ ਇਮੇਜ ਹੁੰਦੀ ਹੈ ਜਿਹੜੀ ਤੁਸੀਂ ਕਿਤੇ ਵੀ ਜੇ ਕੋਈ ਪੋਸਟ ਕਰੋ ਵੈਬਸਾਈਟ ਦੇ ਵਿੱਚ ਉੱਥੇ ਤੁਹਾਡੀ ਪੋਸਟ ਦੇ ਥੱਲੇ ਆਟੋਮੈਟਿਕਲੀ ਅਟੈਚ ਹੋ ਜਾਏਗੀ ਫੋਰ ਐਗਜ਼ਾਮਪਲ ਆਪਾਂ ਬਣਾ ਦਿੰਦੇ ਹਾਂ ਕੀ ਹਾਲ ਹੈ ਮੈਂ ਟਾਈਪ ਕਰਤਾ ਔਰ ਇਹ ਸਿਗਨੇਚਰ ਬਣ ਜਾਏਗਾ ਇਹਨੂੰ ਸਬਮਿਟ ਕਰ ਦਿੰਦੇ ਹਾਂ ਤਾਂ ਇਹ ਤੁਹਾਡਾ ਪਰਮਾਨੈਂਟ ਸਿਗਨੇਚਰ ਬਣ ਜਾਏਗਾ ਹੁਣ ਤੁਸੀਂ ਕਿਤੇ ਵੀ ਰਿਪਲਾਈ ਕਰੋ ਫੋਰ ਐਗਜ਼ਾਮਪਲ ਮੈਂ ਇੱਥੇ ਜਾ ਕੇ ਰਿਪਲਾਈ ਕਰਦਾ ਕਿਸੇ ਪੋਸਟ ਦੇ ਉੱਪਰ ਪਹਿਲਾਂ ਇਹ ਪੜ੍ਹੋ ਇੱਥੇ ਹੀ ਰਿਪਲਾਈ ਕਰ ਦਿੰਦੇ ਹਾਂ ਇਹ ਡੈਮੋ ਯੂਜ਼ਰ ਹੈ ਸੋ ਬਾਅਦ ਵਿੱਚ ਮੈਨੂੰ ਡਿਲੀਟ ਕਰ ਦੂੰਗਾ ਟੋਪਿਕ ਕਿਸੇ ਦੇ ਵੀ ਟੋਪਿਕ ਦੇ ਉੱਪਰ ਵੀ ਪੋਸਟ ਰਿਪਲਾਈ ਦੀ ਆਪਸ਼ਨ ਹੁੰਦੀ ਹੈ ਔਰ ਬਿਲਕੁਲ ਥੱਲੇ ਵੀ ਇਹਦੀ ਆਪਸ਼ਨ ਹੁੰਦੀ ਹੈ ਸੋ ਤੁਸੀਂ ਇੱਥੇ ਆਪਦਾ ਟੈਕਸਟ ਟਾਈਪ ਕਰ ਸਕਦੇ ਹੋ ਪੋਸਟ ਰਿਪਲਾਈ 'ਤੇ ਕਲਿੱਕ ਕਰੋ ਇਹ ਤੁਹਾਨੂੰ ਆਪਸ਼ਨ ਦੇਗਾ ਰਿਪਲਾਈ ਇੱਥੇ ਪੋਸਟ ਕਰਨ ਦੀ ਸੋ ਮੈਂ ਇੱਥੇ ਪੋਸਟ ਕਰਦਾ ਜਸਟ ਰੈਂਡਮ ਪੋਸਟ ਹੈ ਸੋ ਮੈਂ ਇਸ ਤਰ੍ਹਾਂ ਹੀ ਕਰ ਦਿੰਦਾ ਸਬਮਿਟ ਕਰੋ ਇਹ ਤੁਹਾਡੀ ਪੋਸਟ ਇੱਥੇ ਆ ਗਈ ਹੈ ਔਰ ਇਹ ਦੇਖੋ ਤੁਹਾਡਾ ਸਿਗਨੇਚਰ ਆ ਗਿਆ ਜੀ ਕੀ ਹਾਲ ਹੈ ਸੋ ਇਸ ਤਰ੍ਹਾਂ ਤੁਹਾਡਾ ਸਿਗਨੇਚਰ ਕੰਮ ਕਰਦਾ ਇਹ ਤੁਹਾਡੀ ਸਿਗਨੇਚਰ ਕੋਈ ਇਮੇਜ ਵੀ ਹੋ ਸਕਦੀ ਹੈ ਉਹਦੇ ਨਾਲ ਕੀ ਹੋਏਗਾ ਕਿ ਤੁਸੀਂ ਬਾਹਰੋਂ ਕਿਤੇ ਤੁਸੀਂ ਕਿਤੇ ਹੋਰ ਵੈਬਸਾਈਟ ਤੋਂ ਤੁਸੀਂ ਇਮੇਜ ਅਟੈਚ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਇਹਦੇ ਬਾਰੇ ਆਪਾਂ ਕਿਸੇ ਹੋਰ ਵੀਡੀਓ 'ਚ ਗੱਲ ਕਰਾਂਗੇ ਅਤੇ ਅਵਤਾਰ ਹੁੰਦਾ ਜਿਹੜਾ ਤੁਹਾਡੀ ਆਈਡੀ ਇਮੇਜ ਹੁੰਦੀ ਹੈ ਇਹ ਦੇਖੋ ਇਧਰਲੇ ਸਾਈਡ 'ਤੇ ਤੁਸੀਂ ਦੇਖੋ ਇਹ ਤੁਹਾਡੀ ਆਈਡੀ ਇਮੇਜ ਜਿਹੜੀ ਯੂਜ਼ਰ ਦੇ ਡਿਸਪਲੇ 'ਤੇ ਯੂਜ਼ ਹੋਏਗੀ ਜਿਵੇਂ ਕਿ ਮੇਰੀ ਆਪਦੀ ਇਮੇਜ ਲਈ ਹੋਈ ਹੈ ਇਹ ਇਸ ਦੀ ਗੱਲ ਕਰ ਰਿਹਾ ਸੋ ਇੱਥੇ ਤੁਸੀਂ ਕੋਈ ਵੀ ਆਪਦੇ ਡੈਸਕਟੌਪ ਤੋਂ ਕੋਈ ਫਾਈਲ ਚੁਕਾ ਸਕਦੇ ਹੋ ਪਰ ਉਹਦਾ ਖਿਆਲ ਇਹ ਰੱਖਣਾ ਕਿ ਉਹ 100x100 ਪਿਕਸਲ ਦੀ ਹੋਣੀ ਚਾਹੀਦੀ ਹੈ 100x100 ਪਿਕਸਲ ਤੋਂ ਗਾਹਾਂ ਤਾਂ ਜੇ ਹੋਏਗੀ ਤਾਂ ਉਹ ਫਿਰ ਅਪਲੋਡ ਨਹੀਂ ਹੋਏਗੀ ਤੋ 100x100 ਪਿਕਸਲ ਦੀ ਵਿਡਥ ਮੈਂ ਇੱਕ ਪਹਿਲਾਂ ਹੀ ਬਣਾ ਕੇ ਰੱਖਿਆ ਹੋਇਆ ਇਹ ਦੇਖੋ ਇਹਦੀ 100x100 ਇਹਦੀ ਡਿਮੈਂਸ਼ਨਸ ਨੇ ਸੋ ਇਹਨੂੰ ਮੈਂ ਅਪਲੋਡ ਕਰ ਦਿੰਦਾ ਸਬਮਿਟ ਕਰਦਾ ਇਹ ਹੁਣ ਮੇਰਾ ਅਵਤਾਰ ਯਾਨੀ ਕਿ ਮੇਰੀ ਆਈਡੀ ਇਮੇਜ ਬਣ ਗਈ ਔਰ ਇਹ ਹੁਣ ਮੈਂ ਜਿੱਥੇ ਵੀ ਮੇਰੀ ਪੋਸਟ ਪਹਿਲਾਂ ਹੋਈਆਂ ਹੋਈਆਂ ਨੇ ਉੱਥੇ ਇਹ ਡਿਸਪਲੇ ਹੋਣੀ ਸ਼ੁਰੂ ਇਹ ਆਪਣੀ ਫੋਟੋ ਅਪਲੋਡ ਹੋ ਜੀ ਹੋ ਗਈ ਇਹ ਦੇਖੋ ਇੱਥੇ ਡਿਸਪਲੇ ਹੋਣੀ ਵੀ ਸ਼ੁਰੂ ਹੋ ਗਈ ਮੇਰੇ ਨਾਲ ਸੋ ਇਸ ਤਰ੍ਹਾਂ ਤੁਸੀਂ ਆਪਦੀ ਆਈਡੀ ਇਮੇਜ ਅਪਲੋਡ ਕਰ ਸਕਦੇ ਹੋ ਇਹਦੇ ਨਾਲ ਤੁਹਾਡਾ ਆਪਦਾ ਅਵਤਾਰ ਬਣ ਜਾਂਦਾ ਅਕਾਊਂਟ ਸੈਟਿੰਗ ਦੇ ਵਿੱਚ ਕਾਫੀ ਕੁਝ ਹੁੰਦਾ ਆਈ ਡੋਂਟ ਥਿੰਕ ਕਿ ਉਹਦੇ ਵਿੱਚ ਮੈਨੂੰ ਜਾਣ ਦੀ ਲੋੜ ਹੈ ਬਟ ਜਦੋਂ ਵੀ ਤੁਹਾਨੂੰ ਟਾਈਮ ਮਿਲੇ ਥੋੜ੍ਹਾ ਜਿਹਾ ਐਕਸਪਲੋਰ ਕਰਨ ਦੀ ਕੋਸ਼ਿਸ਼ ਕਰੋ ਥੋੜ੍ਹਾ ਜਿਹਾ ਲੱਭਣ ਦੀ ਕੋਸ਼ਿਸ਼ ਕਰੋ ਤੁਹਾਨੂੰ ਬੜੇ ਆਰਾਮ ਨਾਲ ਸਾਰਾ ਕੁਝ ਮਿਲ ਜਾਏਗਾ ਥੋੜ੍ਹੀ ਜਿਹੀ ਕੋਸ਼ਿਸ਼ ਕਰਨ ਦੀ ਲੋੜ ਹੈ ਸੋ ਅਗਲੇ ਵੀਡੀਓ 'ਚ ਫਿਰ ਮਿਲੂੰਗਾ ਤੁਹਾਨੂੰ ਮੈਂ ਸੀ ਯੂ ਟਿਲ ਨੈਕਸਟ ਟਾਈਮ